5000 रुपया सानू प्रति एकड़ दे दो, असी सीधी बिजाई जिहड़ी दरमियानिया तो भारिया जमीनों के कर लवेंगे। साढ़े 5000 रुपया है, पर बहुत थोड़ी राशि दिती। असी फिर दोबारा उन्होंने बेनती करांगे भी चलो 5000 नहीं, तुसीं घट्टो घट 4000-4500 सानू दो, असी भी सीधी बिजाई करन लई तैयार हाँ। उहदे नाल साडा बहुत वड्डा जिहड़ा फायदा होण वाला, पानी बच सकदा, दवाइयां जिहड़ियां ने खाद दी घट सकदा, क्योंकि इहदे थोड़ा जिहा खर्च वध आउंदा, इहदे ते कई वार नदीन हो जांदा, नदीन सानू कढ़ना पैंदा। अगर इन्हां मंगां ते गौर नहीं करवाई जांदी MLA नूं मंग पत्र देण तों बाद, तां 20 मई तों बाद असीं मजबूर होवांगे कि पंजाब सरकार नूं घेरन तों सिवाए साडे कोई हल नहीं रह जाणा। जिहड़ा बिजली दा संकट चल रहा इस वेले पंजाब दे विच, नहरी पानी जिहड़ा नहीं छड्डिया जा रहा, उहदे वास्ते 2 तरीक नूं सारे 2 मई नूं सारे एक्सीजन जिहड़े बिजली डिपार्टमेंट दे, नहरी विभाग दे, उहनां दे दफ्तरां दा घिराओ कीता जाएगा। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਸੀ, ਪਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਐਲਾਨ ਤੋਂ ਸਹਿਮਤ ਨਹੀਂ, ਜਿਸ ਦੇ ਬਾਰੇ ਬੋਲਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਭਗਵੰਤ ਮਾਨ ਸਰਕਾਰ ਨੂੰ ਜਵਾਬ ਦਿੱਤਾ। ਲੱਖੋਵਾਲ ਨੇ ਕਿਹਾ ਕਿ 1500 ਪ੍ਰਤੀ ਏਕੜ ਕਾਫੀ ਘੱਟ ਹੈ, ਸਰਕਾਰ ਨੂੰ ਚਾਹੀਦਾ ਉਹ ਕਿਸਾਨਾਂ ਨੂੰ 5000 ਰੁਪਏ ਏਕੜ ਦੇਣ ਤਾਂ ਜੋ ਅਸੀਂ ਸਿੱਧੀ ਬਿਜਾਈ ਕਰ ਸਕੀਏ। CM ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਵੀ ਜਿਹੜਾ ਕੋਈ ਸਿੱਧੀ ਬਿਜਾਈ ਝੋਨੇ ਦੀ ਕਰੂਗਾ ਉਹਨਾਂ ਨੂੰ 1500 ਰੁਪਈਆ ਪ੍ਰਤੀ ਏਕੜ ਦਿੱਤਾ ਜਾਊਗਾ। ਅਸੀਂ ਪਿਛਲੇ ਦਿਨੀ CM ਸਾਹਿਬ ਨਾਲ ਮੀਟਿੰਗ ਕੀਤੀ ਸੀ ਅਤੇ ਬੇਨਤੀ ਕੀਤੀ ਸੀ ਕਿ 5000 ਰੁਪਈਆ ਸਾਨੂੰ ਪ੍ਰਤੀ ਏਕੜ ਦੇ ਦਿਓ, ਅਸੀਂ ਸਿੱਧੀ ਬਿਜਾਈ ਜਿਹੜੀ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਕਰ ਲਵਾਂਗੇ, ਸਾਡੇ 5000 ਰੁਪਇਆ ਹੈਗਾ, ਪਰ ਬਹੁਤ ਥੋੜ੍ਹੀ ਰਾਸ਼ੀ ਦਿੱਤੀ। ਅਸੀਂ ਫਿਰ ਦੁਬਾਰਾ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਚਲੋ 5000 ਨਹੀਂ, ਤੁਸੀਂ ਘੱਟੋ ਘੱਟ 4000-4500 ਸਾਨੂੰ ਦਿਓ, ਅਸੀਂ ਵੀ ਸਿੱਧੀ ਬਿਜਾਈ ਕਰਨ ਲਈ ਤਿਆਰ ਹਾਂ। ਉਹਦੇ ਨਾਲ ਸਾਡਾ ਬਹੁਤ ਵੱਡਾ ਜਿਹੜਾ ਫਾਇਦਾ ਹੋਣ ਵਾਲਾ, ਪਾਣੀ ਬਚ ਸਕਦਾ, ਦਵਾਈਆਂ ਜਿਹੜੀਆਂ ਨੇ ਖਾਦ ਦੀ ਘੱਟ ਸਕਦਾ, ਕਿਉਂਕਿ ਇਹਦੇ ਥੋੜ੍ਹਾ ਜਿਹਾ ਖਰਚ ਵੱਧ ਆਉਂਦਾ, ਇਹਦੇ 'ਤੇ ਕਈ ਵਾਰ ਨਦੀਨ ਹੋ ਜਾਂਦਾ, ਉਹ ਨਦੀਨ ਸਾਨੂੰ ਕੱਢਣਾ ਪੈਂਦਾ। ਦੂਸਰਾ ਅਸੀਂ CM ਸਾਹਿਬ ਨੂੰ ਇਹ ਵੀ ਕਹਾਂਗੇ ਜਿਹੜੀਆਂ ਸਾਡੀਆਂ ਇੰਨਾ ਮੰਗਾਂ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ। ਬਿਜਲੀ ਨਹੀਂ ਆ ਰਹੀ ਸਾਡੇ, 2-2 ਘੰਟੇ ਬਿਜਲੀ ਆ ਰਹੀ ਆ, ਪਿੰਡਾਂ 'ਚ ਬਿਜਲੀ ਦਾ ਮਾੜਾ ਹਾਲ ਆ, ਬਿਜਲੀ 8 ਘੰਟੇ ਫੌਰੀ ਤੌਰ 'ਤੇ ਟਿਊਬਲਾਂ 'ਤੇ ਅਤੇ 24 ਘੰਟੇ ਸਾਨੂੰ ਪਿੰਡਾਂ ਦੇ ਵਿੱਚ ਬਿਜਲੀ ਦਿੱਤੀ ਜਾਵੇ, ਅਤੇ ਇਸ ਦੇ ਨਾਲ ਹੀ ਜਿਹੜੀ MSP 3 ਫਸਲਾਂ ਦੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਿਹੜੀ ਆ ਮੂੰਗੀ, ਮੱਕੀ ਅਤੇ ਜਿਹੜਾ ਬਾਸਮਤੀ ਆ ਉਹਦੇ ਫੌਰੀ ਤੌਰ 'ਤੇ ਐਲਾਨ ਕੀਤਾ ਜਾਵੇ, ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੋਇਆ, 17 ਤਰੀਕ ਨੂੰ ਅਸੀਂ ਦਿੱਲੀ ਦੀ ਤਰਜ਼ 'ਤੇ ਚੰਡੀਗੜ੍ਹ ਵੱਲੋਂ ਵਹੀਰਾਂ ਕੱਟਾਂਗੇ ਅਤੇ ਉੱਥੇ ਪੱਕੇ ਤੌਰ 'ਤੇ ਬੈਠ ਜਾਵਾਂਗੇ ਜਿੰਨਾ ਚਿਰ ਇਹ ਸਾਡੇ ਮਸਲੇ ਹੱਲ ਨਹੀਂ ਕਰਦੇ। ਅਸੀਂ ਪਰ ਬੇਨਤੀ ਕਰਦੇ ਹਾਂ ਵੀ 17 ਤੋਂ ਪਹਿਲਾਂ ਸਾਡੇ ਇਹ ਮਸਲੇ ਹੱਲ ਕੀਤੇ ਜਾਣ ਅਤੇ ਜਿਹੜੇ ਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਲਮਗੀਰ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ 16 ਜਥੇਬੰਦੀਆਂ ਦੀ ਮੀਟਿੰਗ ਹੋਈ ਔਰ ਉਸਦੇ ਵਿੱਚ ਵੱਖ ਵੱਖ ਏਜੰਡਿਆਂ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਦੇ ਵਿੱਚ ਖਾਸ ਕਰ ਜਿਹੜਾ ਬਿਜਲੀ ਦਾ ਸੰਕਟ ਚੱਲ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ, ਨਹਿਰੀ ਪਾਣੀ ਜਿਹੜਾ ਨਹੀਂ ਛੱਡਿਆ ਜਾ ਰਿਹਾ, ਉਹਦੇ ਵਾਸਤੇ 2 ਤਰੀਕ ਨੂੰ ਸਾਰੇ 2 ਮਈ ਨੂੰ ਸਾਰੇ ਐਕਸੀਜਨ ਜਿਹੜੇ ਬਿਜਲੀ ਡਿਪਾਰਟਮੈਂਟ ਦੇ, ਨਹਿਰੀ ਵਿਭਾਗ ਦੇ, ਉਹਨਾਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਏਗਾ 11 ਤੋਂ 2 ਵਜੇ ਤੱਕ। ਉਸ ਤੋਂ ਇਲਾਵਾ ਜਿਹੜੀਆਂ ਹੋਰ ਡਿਮਾਂਡਸ ਨੇ, ਸਾਡੀਆਂ ਮੰਗਾਂ ਨੇ ਪੰਜਾਬ ਦੀਆਂ, ਸਾਰੀਆਂ ਪੈਂਡਿੰਗ ਪਈਆਂ ਨੇ, ਜਿਹਦੇ ਵਿੱਚ ਨਰਮੇ ਦਾ ਅਜੇ ਬਕਾਇਆ ਪੂਰਾ ਭੁਗਤਾਨ ਨਹੀਂ ਕੀਤਾ ਗਿਆ ਜਿਹੜਾ ਮੁਆਵਜ਼ਾ ਦੇਣਾ ਸੀਗਾ ਸਰਕਾਰ ਨੇ, ਜਿਸ ਦੇ ਵਿੱਚ ਅਸੀਂ ਕਣਕ ਦੀ ਡਿਮਾਂਡ ਕੀਤੀ ਹੈ ਕਿ ਘੱਟ ਤੋਂ ਘੱਟ 10000 ਪ੍ਰਤੀ ਏਕੜ ਜਿਹੜਾ ਮੁਆਵਜ਼ਾ ਉਹ ਕਣਕ ਦਾ ਦਿੱਤਾ ਜਾਵੇ ਪਰ ਏਕੜ ਦਾ, ਉਹ ਨਹੀਂ ਹਜੇ ਤੱਕ ਦਿੱਤਾ ਗਿਆ। ਔਰ ਉਸ ਤੋਂ ਇਲਾਵਾ ਜਿਹੜਾ ਸਾਡਾ ਗੰਨੇ ਦਾ ਬਕਾਇਆ ਉਹ ਸਾਡਾ ਬਹੁਤ 900 ਕਰੋੜ ਦੇ ਕਰੀਬ ਜਿਹੜਾ ਗੰਨੇ ਦਾ ਬਕਾਇਆ ਮਿੱਲਾਂ ਵੱਲ ਖੜ੍ਹਾ ਹੈ, ਔਰ ਮੈਂ ਇਹ ਕਹਾਂਗਾ ਕਈ ਮਿੱਲਾਂ ਦਾ ਤਾਂ 2 ਸੀਜ਼ਨਾਂ ਦਾ ਪਿਛਲਾ ਬਕਾਇਆ ਖੜ੍ਹਾ ਹੈ। ਸੋ ਉਹ ਸਾਰਾ ਬਕਾਇਆ ਜਿਹੜਾ ਉਹ ਦਿੱਤਾ ਜਾਵੇ, ਤੁਰੰਤ ਰਿਲੀਜ਼ ਕੀਤਾ ਜਾਵੇ ਸਰਕਾਰ ਵੱਲੋਂ। ਸੋ ਇਹ ਸਾਰੀਆਂ ਡਿਮਾਂਡਸ, ਹੋਰ ਕਾਫੀ ਡਿਮਾਂਡਸ ਨੇ ਜਿਹੜੀਆਂ ਸਾਡੀਆਂ ਮੰਗਾਂ ਪੈਂਡਿੰਗ ਪਈਆਂ ਨੇ। ਔਰ ਇਹ ਜਿਹੜਾ ਕਰਜ਼ਾ ਸਰਕਾਰ ਜਿਹੜੀ ਆ ਉਹ ਸਾਡਾ ਮਾਫ਼ ਕਰੇ ਕਿਸਾਨਾਂ ਦਾ ਟੋਟਲ, ਔਰ ਜਿਹੜੇ ਮੈਂ ਕਹਾਂਗਾ ਕਿ ਘੱਟ ਝਾੜ ਕਰਕੇ ਇਸ ਵਾਰ ਬੈਂਕਾਂ ਦੇ ਬਿਲਕੁਲ ਨਵੇਂ ਪੁਰਾਣੇ ਨਹੀਂ ਕਿਸਾਨਾਂ ਤੋਂ ਦਿੱਤੇ ਜਾਣੇ, ਅਤੇ ਉਸ ਉਹਨਾਂ ਦੇ ਘਰਾਂ ਨੂੰ ਵੀ ਬਿਲਕੁਲ, ਜੇਕਰ ਸਰਕਾਰ ਕਿਸੇ ਕੋਈ ਮੁਲਾਜ਼ਮ ਨੂੰ ਭੇਜਦੀ ਹੈ ਤਾਂ ਉਹਦੇ ਸਖ਼ਤ ਖਿਲਾਫ਼ ਹੈ, ਨੋਟਿਸ ਲਿਆ ਜਾਊਗਾ। ਸੋ ਸਾਰੀਆਂ ਮੰਗਾਂ ਨੂੰ ਲੈ ਕੇ 9 ਮਈ ਨੂੰ ਸਾਰੇ ਦੇ ਸਾਰੇ MLA ਦੇ ਜਿਹੜਾ ਘਰਾਂ ਨੂੰ ਕੂਚ ਕਰਾਂਗੇ, ਟਰੈਕਟਰਾਂ 'ਤੇ, ਕਾਰਾਂ 'ਤੇ, ਮੋਟਰਸਾਈਕਲਾਂ 'ਤੇ ਕਾਫਲੇ ਦੇ ਰੂਪ 'ਚ, ਔਰ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਔਰ ਅਗਰ MLA ਘਰ ਨਹੀਂ ਮਿਲਦੇ ਤਾਂ ਉਹਨਾਂ ਦੇ ਘਰਾਂ ਦੇ ਮੂਹਰੇ ਬਹਿ ਕੇ ਧਰਨਾ ਪ੍ਰਦਰਸ਼ਨ ਵੀ ਥੋੜ੍ਹੀ ਦੇਰ ਲਈ ਕੀਤਾ ਜਾਏਗਾ। ਕਣਕ ਦਾ ਘੱਟੇ ਝਾੜ ਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ 10000 ਰੁਪਏ ਪ੍ਰਤੀ ਏਕੜ। ਉੱਥੇ ਜੋ ਅੱਗ ਦੇ ਨਾਲ ਨੁਕਸਾਨ ਹੋਇਆ ਕਣਕ ਦਾ, ਬੇਸ਼ੱਕ ਉਹ ਬਿਜਲੀ ਦੇ ਸ਼ਾਰਟ ਕਾਰਨ ਹੋਇਆ, ਬੇਸ਼ੱਕ ਕਿਸੇ ਹੋਰ ਕਾਰਨ ਹੋਇਆ,
वो 40,000 रुपया प्रति एकड़ के हिसाब के नाल वो सरकार नूं पूरा करना चाहिए। उन्हां मतलब जिहड़े पीड़ित किसान है उन्हां दी बांह फड़नी चाहिए है। इस तों अगे नाल असीं इह वी मंग करांगे कि जिहड़ा 1 जून तो झोना है लाउणा, 1 जून तो पूरी जिहड़ी सप्लाई है 12 घंटे बिजली की वो निर्विघन देनी चाहिए है। अगर इन्हां मंगां ते गौर नहीं फरमाई जाती MLA नूं मंग पत्र देने तो बाद 20 मई तो बाद असी मजबूर होवांगे कि पंजाब सरकार नूं घेरन तो सिवाए साडे कोले कोई हल नहीं रह जाना। सदा दे कि इस दे नाल ही किसानां ने मान सरकार नूं अपनियां पिछलियां मंगां याद करवाईयां तां सानूं संघर्ष करन लई मजबूर ना होना पवे, नहीं तां असी आउण वाली 17 तरीक नूं चंडीगढ़ दे विच दिल्ली वांग वड्डा प्रदर्शन करांगे। चंडीगढ़ तो कुलदीप सिंह भोड़े की रिपोर्ट, T5 चैनल पंजाबी। गल करांगे सिक्ख्या दी, सरकारी प्राइवेट स्कूलों के प्रबंधा ते पावांगे चात। की है सिक्ख्या नीति, की ने अध्यापकां दियां मुश्किलां, की कहिंदे ने स्कूली ट्रांसपोर्टर। 1 मई दिन ऐतवार नूं वेखना ना भुलना T5 चैनल पंजाबी दियां विशेष रिपोर्टां। स्कूलां नाल संबंधित खास गलबात, जेकर तुसी भी अपनी कोई राय देनी चाहते हो तो तुसी भी साडे नाल सीधे जुड़ो। सवेरे 8:30 बजे प्रोग्राम खबरां दा सिरा, सवेरे 10 बजे प्रोग्राम लोक मंच, ते दोपहर 2 बजे प्रोग्राम सियासी घमासांच। होएगी किसानां दी गल, नवीं खेती मशीनां बीजां ते बागां दी गल लैके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार शाम 6 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद के हर मसले ते करांगे चर्चा। देखना ना भुलना साडा खास T5 चैनल पंजाबी, हुणे सबस्क्राइब करो, बैल आइकन ते क्लिक करो।